मैडम चलाउणगे गाड़ी। गुस्से में है। अरे भैया क्या हो रहा है, खाली बैठ दिमाग की बत्ती ही नहीं जलती। हाँ जी गुड मॉर्निंग, इट्स रोटी टाइम। ते मैडम जी चले अज ससुराल, मतलब मेरे ससुराल आपदे पेके। इतनी खुशी आज तक नहीं हुई। मौजा ही मौजा औड़ियो हुण मौजा ही मौजा। ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਅੱਜ ਦਿਨ ਖੁਸ਼ੀਆਂ ਦਾ ਸੱਜਣਾ। ਚੱਲੀਏ ਹੈ, ਮੈਂ ਸੁਣਿਆ ਤੂੰ ਚੱਲੀ। ਸਹੀ ਸੁਣਿਆ ਮੈਂ ਕੀ ਗਲਤ ਸੁਣਿਆ? ਇੱਕ ਵਾਰ ਮੈਂ ਇਹਨੂੰ ਟ੍ਰੇਨ ਚੜ੍ਹਾ ਕੇ ਆਇਆ, ਮਤਲਬ ਟਿਕਟ ਕਰਾਤੀ ਸੀ ਅਤੇ ਟ੍ਰੇਨ 'ਚ ਬਿਠਾਇਆ ਆ। ਮੈਂ ਘਰੇ ਪਹੁੰਚਿਆ ਅਤੇ ਮੈਡਮ ਪਿੱਛੇ ਪਿੱਛੇ ਆ ਗਈ। ਮੈਂ ਹਜੇ ਖੁਸ਼ੀ ਪ੍ਰਗਟ ਕਰਨ ਹੀ ਲੱਗਿਆ ਸੀ ਵੀ ਮੈਡਮ ਗਈ ਯਾਰ ਹੁਣੀ ਇਕੱਲੇ, ਅਤੇ ਪਤਾ ਲੱਗਿਆ ਕਹਿੰਦੀ ਮੇਰਾ ਤਾਂ ਜੀ ਨਹੀਂ ਲੱਗਿਆ, ਮੈਂ ਤਾਂ ਟ੍ਰੇਨ ਉੱਤਰ ਕੇ ਆ ਗਈ ਵਾਪਸ। ਸੋ ਪੂਰੀ ਕਾਰਵਾਈ ਪਾ ਕੇ ਫੇਰ ਘਰ ਮੁੜਿਆ ਕਰੋ, ਫੇਰ ਜਸ਼ਨ ਮਨਾਓ। ਪਹਿਲਾਂ ਖੁਸ਼ੀ ਮਨਾਉਣ ਦਾ ਕੋਈ ਫਾਇਦਾ ਨਹੀਂ। ਜਦੋਂ ਟ੍ਰੇਨ ਤੁਰ ਪਈ ਅਤੇ ਉੱਧਰੋਂ ਫੋਨ ਆ ਗਿਆ ਵੀ ਹਾਂ ਅਸੀਂ ਪਹੁੰਚ ਚੁੱਕੇ ਹਾਂ, ਫੇਰ ਭੰਗੜੇ ਪਾਓ। ਪਹਿਲਾਂ ਖੁਸ਼ੀ ਮਨਾਉਣ ਦਾ ਕੋਈ ਫਾਇਦਾ ਨਹੀਂ। ਇਹ ਸ਼ਰਟ ਮੇਰੀ ਘਰ ਵਾਲੀ ਨੇ ਪ੍ਰੈੱਸ ਕੀਤੀ ਹੈ, ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ। ਮੈਂ ਕਿਹਾ ਇੱਕ ਵੀ ਵਲ ਦਿਖ ਜੇ ਤੁਹਾਨੂੰ ਤਾਂ ਮੈਨੂੰ ਕਹਿ ਦਿਓ। ਐਡੀ ਸੋਹਣੀ ਪ੍ਰੈੱਸ ਦੇਖੋ, ਬਸ ਉੱਥੋਂ ਦੀ ਸਵੈਟਰ ਆ ਜਾਣਾ, ਪਤਾ ਜਮ੍ਹਾਂ ਨਹੀਂ ਲੱਗਣਾ ਹੈ ਨਾ। ਦੇਖ ਕਿਵੇਂ ਕੱਚਾ ਕੱਚਾ ਹੱਸ ਰਹੀ ਹੈ ਆਪਣਾ। ਲਓ ਜੀ ਸਾਰੇ ਵਲ ਛੱਲ ਲੁੱਕ ਗਏ ਹੈ, ਜਮ੍ਹਾਂ ਨਹੀਂ ਪਤਾ ਲੱਗਦਾ। ਤਾਂ ਇਹੀ ਸਲਾਹ ਦੇਵਾਂਗੇ ਵੀ ਸ਼ਰਟ ਪ੍ਰੈੱਸ ਕਰਨ ਦਾ ਕੋਈ ਫਾਇਦਾ ਨਹੀਂ ਸਰਦੀਆਂ ਦੇ ਵਿੱਚ, ਉੱਤੋਂ ਦੀ ਸਵੈਟਰ ਪਾਓ ਅਤੇ ਬਲ ਲੁਕਾਓ। ਲਓ ਮੇਰੇ ਵੀਰੋ ਤਿਆਰ ਹੋ ਚੁੱਕੇ ਹਨ, ਸਕੂਲ ਨੂੰ ਚੱਲੇ ਹਾਂ ਅਤੇ ਮੈਡਮ ਚੱਲੇ ਨੇ ਆਪਣੇ ਨਾਲ ਇਸ ਕੋਸਟਿਊਮ ਦੇ ਵਿੱਚ ਸਕੂਲ। ਮਜ਼ਾਕ ਕਰ ਰਹੇ ਹਾਂ, ਸਲੂਨ ਛੱਡਣ ਚੱਲੇ ਹਾਂ ਮੈਡਮ, ਉੱਥੋਂ ਆਪਣੇ ਆਪ ਤੁਰ ਕੇ ਆ ਜਾਣਗੇ ਪਾਏ ਪਾਏ। ਦੂਸਰਾ ਟਿਫਨ ਕਿੱਥੇ? ਭੁੱਲ ਗਿਆ ਸੀਗਾ। ਮੈਂ ਤੁਹਾਨੂੰ ਸਪੈਸ਼ਲੀ ਜੱਜੀ ਫੋਨ ਕਰਿਆ ਸੀ। ਓਕੇ ਇਹ ਗੱਲਾਂ ਚੰਗੀਆਂ ਨਹੀਂ ਸੱਜਣਾ, ਸੋਰੀ ਭੁੱਲ ਗਿਆ ਸੀਗਾ ਯਾਰ, ਚੱਕ ਲਿਆਵਾਂਗੇ ਅੱਜ, ਚੱਕ ਲਿਆਵਾਂਗੇ ਸਾਰੇ ਟਿਫਨ ਜਿਹੜੇ ਸਕੂਲ ਵਿੱਚ ਭੁੱਲ ਕੇ ਆਏ ਹਾਂ ਸਾਰੇ ਇਕੱਠੇ ਕਰਕੇ ਚੱਕ ਲਿਆਉਣੇ ਆ। ਸਾਰਾ ਤਾਮਾ ਜਾਮਾ ਅੱਗੇ ਵਿਛ ਜਾਂਦਾ ਜੀ ਵੀ ਅੱਜ ਇਸ ਇਨਸਾਨ ਨੂੰ ਲੇਟ ਕਰਾਉਣਾ, ਇਹ ਨਾ ਟਾਈਮ 'ਤੇ ਪਹੁੰਚ ਜੀ, ਇਹ ਨਾ ਕਦੇ ਪੂਰੀ ਤਨਖਾਹ ਲੈ ਲਏ ਆਪਦੀ, ਮਹੀਨੇ ਦੀ ਪੂਰੀ ਤਨਖਾਹ ਕਦੇ ਕ੍ਰੈਡਿਟ ਨਹੀਂ ਹੋਏਗੀ ਮੇਰੇ ਖਾਤੇ ਦੇ ਵਿੱਚ, ਜਿਸ ਦਿਨ ਇਹ ਹੋ ਗਿਆ ਅਜੂਬਾ ਹੀ ਹੋ ਜਾਣਾ। ਬ੍ਰੇਡਨ ਯਾਰ ਆ ਗਿਆ ਜੀ। Waiting. Hey man, yeah, who is? Hello. Hey. I was getting a bit worried. Okay. Your van didn't come yet? No, not yet. ਤੇ ਸਕੂਲ ਪਹੁੰਚ ਚੁੱਕੇ ਹਾਂ, ਦਿਖ ਰਿਹਾ ਹੋਣਾ ਵੈਸੇ ਥੋੜ੍ਹਾ ਜਿਹਾ ਤਰੇਲ ਵਗੈਰਾ ਆਈ ਹੋਈ ਸ਼ੀਸ਼ੇ 'ਤੇ ਤਾਂ ਬਾਹਰ ਨਹੀਂ ਦਿਖ ਰਿਹਾ ਹੋਣਾ। ਚਲੋ ਮਿਲਦੇ ਹਾਂ ਜੀ ਸਕੂਲ ਟਾਈਮ ਤੋਂ ਬਾਅਦ। ਓਕੇ ਸਤਿ ਸ਼੍ਰੀ ਅਕਾਲ, ਬਾਏ ਬਾਏ। ਹੈਲੋ ਕਰ ਦਿਓ। ਹੈਲੋ ਲਸ ਆਪਣੇ ਡਨ ਹੋ ਗਿਆ ਨੇਲਸ, ਸੋ ਚੱਲਿਆ ਹੁਣ ਘਰ ਨੂੰ। ਚਲੋ ਗਾਈਸ ਮੈਂ ਹੋ ਗਈ ਹਾਂ ਰੈਡੀ ਅਤੇ ਅਸੀਂ ਜਾਣਾ ਅੱਜ ਤਾਈ ਜੀ ਘਰੇ ਕਿਉਂਕਿ ਉਹਨਾਂ ਘਰੇ ਅੱਜ ਪੂਜਾ ਅਤੇ ਅਸੀਂ ਚੱਲੇ ਹਾਂ ਉੱਥੇ। ਧੁੱਪ ਅੱਜ ਵੀ ਬਹੁਤ ਕੈੜੀ ਨਿਕਲੀ ਆ ਬਾਈ, ਗੱਡੀ ਤੰਦੂਰ ਬਣੀ ਪਈ ਹੈ। ਆਪਾਂ ਲੇਟ ਹਾਂ ਅਤੇ ਮੈਡਮ ਭੂਸਰੀ ਖੜੀ ਹੈ, ਗੁੱਸੇ ਮੇਂ ਹੈ। ਲੋ ਜੀ ਕੱਪੜੇ ਚੇਂਜ ਕਰਨ ਦਾ ਟਾਈਮ ਵੀ ਨਹੀਂ ਲੱਗਿਆ, ਮੈਡਮ ਤਾਂ ਪੂਰੀ ਲਿਸ਼ਕੀ ਫਿਰਦੀ। ਆਪਾਂ ਸਕੂਲ ਯੂਨੀਫਾਰਮ 'ਚ ਚੱਲੇ ਹਾਂ ਸਸੁਰਾਲ, ਗੇਂਦਾ ਫੂਲ। ਲਓ ਜੀ ਅਸੀਂ ਲੱਗੇ ਹਾਂ ਚੇਂਜ ਕਰਨ, ਇੱਧਰੋਂ ਮੈਡਮ ਚਲਾਉਣਗੇ ਗੱਡੀ ਅਤੇ ਰੱਬ ਦਾ ਨਾਮ ਲੈ ਲਿਆ ਆਪਾਂ। ਮੈਂ ਥੋੜ੍ਹਾ ਜਿਹਾ ਕੰਮ ਕਰਨਾ ਸੀ, ਮੈਂ ਸਾਈਡ 'ਤੇ ਬੈਠ ਕੇ ਆਪਦਾ ਕੰਮ ਕਰ ਲਉਂ ਅਤੇ ਤੁਸੀਂ ਚਲਾਓ ਗੱਡੀ। ਚਲੋ ਦੇਖਦੇ ਹਾਂ ਜੇ ਸਹੀ ਸਲਾਮਤ ਪਹੁੰਚੇ ਤਾਂ ਬਲੌਗ ਆ ਜੂਗਾ। ਚਲੋ ਮੇਰੇ ਵੀਰੋ ਮੇਰੀ ਜ਼ਿੰਦਗੀ ਦੀ ਡੋਰ ਤੇਰੇ ਹੱਥ ਹੈ ਬਾਈ, ਠੀਕ ਹੈ ਸਹੀ ਸਲਾਮਤ ਪਹੁੰਚਾ ਦੀ। ਹੁਣ ਆਪਾਂ ਲੱਗਿਆ ਕੰਮ ਕਰਨ ਅਤੇ ਅੱਗੇ ਜਾ ਕੇ ਆਪਾਂ ਦੱਸਾਂਗੇ ਪਹੁੰਚੇ ਕਿ ਨਹੀਂ ਪਹੁੰਚੇ।
ਇਹਨੂੰ ਮਲਾਰਾ ਜਾਣ ਨਹੀਂ ਪਿਆਰੀ ਜਿਹੜਾ ਅੱਗੇ ਕਰੀ ਜਾਂਦਾ। ਤੀਜਾ ਗੇਅਰ ਪਾਓ ਮੈਡਮ ਜੀ, ਤੀਜਾ, ਚੌਥੇ ਜੀ, ਚਾਲੀ ਤੇ ਗੱਡੀ ਕਹਿੰਦੀ ਤੁਰੀ ਚੱਲ ਬਸ ਬਾਈ, ਹੌਲੀ ਚਲਾਈ, ਕੰਮ ਤਾਂ ਹੁੰਦੇ ਰਹਿਣਗੇ। ਭਰਾਵਾ ਛੋਟਾ ਹਾਥੀ ਹੁੰਦਾ, ਵੱਡਾ ਹਾਥੀ ਨਹੀਂ ਹੁੰਦਾ ਕੋਈ, ਨਹੀਂ ਬਹੁਤ ਫਰਕ ਆ ਭਰਾਵਾ, ਬਹੁਤ ਫਰਕ ਆ, ਕਿੱਥੇ ਫਰਕ ਆ ਯਾਰ, ਉਹਦੇ ਪਿੱਛੇ ਵੀ ਇਦਾਂ ਹੀ ਖਾਲੀ ਜਿਹਾ ਹੁੰਦਾ ਤੇ ਅੱਗੇ ਇੰਨਾ ਕੁ ਮੂੰਹ ਹੁੰਦਾ ਬਸ, ਬਹੁਤ ਫਰਕ ਆ, ਲੈ ਕਮਾਲ ਆ, ਫਰਕ ਹੀ ਨਹੀਂ ਕੋਈ। ਚੱਲ ਠੀਕ ਆ, ਮੈਂ ਤੁਹਾਨੂੰ ਪੁੱਛਾਵਾਂ ਇਹਨੂੰ ਕੀ ਕਹਿੰਦੇ, ਸਾਰੇ ਇਹਨੂੰ ਵੱਡੇ ਹਾਥੀ ਕਹਿਣਗੇ। ਲੋ ਵੀ ਕਮੈਂਟਾਂ 'ਚ ਦੱਸੋ ਕੋਈ ਇਹਨੂੰ ਵੱਡਾ ਹਾਥੀ ਕਹਿਣ ਵਾਲਾ ਹੈਗਾ। ਸੱਚੀ ਯਾਰ ਤੁਸੀਂ ਹੱਸ, ਉਹ ਲੈ ਕਮਾਲ ਆ ਯਾਰ, ਸਾਡੇ ਮਾਨਸਾ 'ਚ ਤਾਂ ਨਹੀਂ ਕਹਿੰਦੇ, ਫਿਰੋਜ਼ਪੁਰ ਵੱਲ ਕਹਿੰਦੇ, ਹੁਣ ਤਾਂ ਕਹਿੰਦੇ ਹੁਣ ਭਾਈ। ਲਓ ਜੀ, ਬਾਬਾ ਫਰੀਦ ਜੀ ਦੀ ਧਰਤੀ 'ਤੇ, ਫਰੀਦਕੋਟ ਦੇ ਵਿੱਚ, ਫਰੀਦਕੋਟ ਵਿੱਚ ਦੀ ਲੰਘ ਰਹੇ ਸੀਗੇ ਅਤੇ ਅੱਜ ਮੈਨੂੰ ਸਕੂਲ ਦੇ ਵਿੱਚ ਜਵਾਕਾਂ ਨੇ ਸਵਾਲ ਪੁੱਛਿਆ ਸੀ ਅਤੇ ਮੈਂ ਸੋਚਿਆ ਮੈਂ ਚਲ ਵਲੋਗ ਦੇ ਵਿੱਚ ਵੀ ਆਪਾਂ ਇਹੋ ਜਿਹੇ ਕੋਈ ਨਾ ਕੋਈ ਇੰਟਰਸਟਿੰਗ ਕੁਐਸਚਨ ਪੁੱਛਿਆ ਕਰਾਂਗੇ। ਪਹਿਲਾਂ ਮੈਡਮ ਨੂੰ ਪੁੱਛਾਂਗੇ, ਜੇ ਇਹਨਾਂ ਤੋਂ ਜਵਾਬ ਦਿੱਤਾ ਗਿਆ ਮਤਲਬ ਸਹੀ ਹੋਇਆ ਤਾਂ ਤੁਸੀਂ ਦੱਸਿਓ ਵੀ ਸਹੀ ਆ ਕਿ ਨਹੀਂ, ਜੇ ਗਲਤ ਹੋਇਆ ਤਾਂ ਦੱਸਿਓ ਵੀ ਆਹ ਸਹੀ ਜਵਾਬ ਹੈ। ਅਤੇ ਜਿਹੜੇ ਵੀ ਵੀਰ ਭੈਣ ਦਾ ਆਪਣਾ ਜਿਹੜਾ ਸਵਾਲ ਦਾ ਜਵਾਬ ਸਹੀ ਹੋਊਗਾ ਅਤੇ ਸਭ ਤੋਂ ਪਹਿਲਾਂ ਦਊਗਾ, ਆਪਣੀ ਇੰਸਟਾ ਆਈ ਡੀ ਜ਼ਰੂਰ ਮੈਨਸ਼ਨ ਕਰ ਦਿਓ ਕਮੈਂਟਾਂ ਦੇ ਵਿੱਚ ਅਤੇ ਆਪਾਂ ਫੋਲੋ ਬੈਕ ਕਰਾਂਗੇ ਉਹਨਾਂ ਨੂੰ, ਕਿਉਂਕਿ ਹਜੇ ਪੈਸੇ ਵਾਲਾ ਕੰਮ ਤਾਂ ਹਜੇ ਕਰ ਨਹੀਂ ਸਕਦੇ। ਜਦੋਂ ਯੂਟਿਊਬ 'ਤੇ ਇਨਕਮ ਹੋਣ ਲੱਗ ਗਈ ਉਦੋਂ ਆਪਾਂ ਕਹਿ ਦਿਆ ਕਰਾਂਗੇ ਵੀ ਹਾਂ ਠੀਕ ਹੈ, ਆਪਾਂ ਗਿਵ ਅਵੇ ਕਰਾਂਗੇ ਵੀ ਹਾਂ ਠੀਕ ਹੈ, ਪੈਸੇ ਦੇ ਦਿਆ ਕਰਾਂਗੇ ਜਿੰਨਾ ਕੁ ਆਪਣਾ ਮਤਲਬ ਵੱਧੋ ਵੱਧ ਕਰ ਸਕਦੇ ਹੋਏ, ਹੈ ਨਾ। ਅਤੇ ਸਵਾਲ ਹੈਗਾ ਵੀ ਇੱਕ ਬੰਦਾ ਦੁਕਾਨਦਾਰ ਕੋਲ ਜਾ ਕੇ 2000 ਦਾ ਨਕਲੀ ਨੋਟ ਚਲਾ ਦਿੰਦਾ ਅਤੇ ਦੁਕਾਨਦਾਰ ਉਹਨੂੰ 250 ਰੁਪਏ ਦੇ ਕਾਜੂ ਦੇ ਦਿੰਦਾ ਅਤੇ ਬਾਕੀ ਮਤਲਬ 250 ਦੇ ਕਾਜੂ ਲੈ ਲੈਂਦਾ ਉਹ 2000 ਦੇ ਨਕਲੀ ਨੋਟ ਨਾਲ ਅਤੇ ਬਾਕੀ ਦੇ 1750 ਰੁਪਏ ਉਹਨੂੰ ਕੈਸ਼ ਦੇ ਦਿੰਦਾ, ਤਾਂ ਦੁਕਾਨਦਾਰ ਨੂੰ ਕਿੰਨੇ ਦਾ ਘਾਟਾ ਪੈਂਦਾ ਦੱਸ ਕੁ? 2000 ਦੇ ਘਾਟਾ ਹੈ, 2000 ਦੇ ਪਿਆ ਕਿਉਂਕਿ 2000 ਨਕਲੀ ਸੀ। ਹਾਂ ਕਾਜੂਆਂ ਦਾ, ਹਾਂ ਕਾਜੂ, ਹਾਂ ਕਾਜੂ ਦੀ ਰੇਟ ਸੀ ਕਿੰਨੇ ਦੇ ਲਈ ਸੀ ਕਾਜੂ ਨੇ? 250 ਦੇ, 2000 150 ਨਾ, 250 250, ਹਾਂ 2250 ਦਾ ਫਾਈਨਲ ਆਨਸਰ ਦੱਸ, ਆਪਾਂ ਫਿਰ ਉਹ ਲੌਕ ਕਰਨਾ ਹੈ ਵੀ ਆਹ ਤੇਰਾ ਆਨਸਰ ਹੈ, ਫਿਰ ਆਪਾਂ ਪੁੱਛਾਂਗੇ ਵੀ ਸਹੀ ਆਨਸਰ ਕੀ ਹੈ। 3000 ਦਾ, 3000 ਦਾ ਕਿੱਧਰ ਆਊਟ ਆਫ ਸਿਲੇਬਸ ਚੱਲ ਗਈ, ਨਹੀਂ ਉਹਨੇ ਇਹਨੂੰ ਕੈਸ਼ ਵੀ ਤਾਂ ਦਿੱਤੀ ਆ ਮੈਨੂੰ ਨਾ। ਇੱਕ ਫਾਈਨਲ ਆਨਸਰ ਦੱਸ ਦੇ ਫਿਰ ਉਹ ਆਪਦਾ ਆਨਸਰ ਦੱਸਣਗੇ ਸਾਰੇ ਜਣੇ। 25 ਕੀ ਲੌਜਿਕ ਨਾਲ ਮਾਰ, ਦਿਮਾਗ ਲਾ ਕੇ ਸੋਚ ਕੇ ਲਾ ਯਾਰ, ਆਪ ਤਾਂ 2000 ਦਾ ਤੁਹਾਨੂੰ ਘਾਟਾ ਪਿਆ ਹੀ ਪਿਆ ਕਿਉਂਕਿ ਨਕਲੀ ਨੋਟ ਸੀ। ਹਾਂ ਫਿਰ 250 ਦੇ ਕਾਜੂ, 250 ਦੇ ਕਾਜੂ, ਫਿਰ 250 ਦਾ ਘਾਟਾ, ਸੌਰੀ 2250 ਦਾ ਫਾਈਨਲ ਆਨਸਰ ਹੈ ਤੇਰਾ। ਚਲੋ ਜੀ, ਇਹਨਾਂ ਦਾ ਫਾਈਨਲ ਆਨਸਰ ਹੈਗਾ 2250 ਤੇ ਤੁਸੀਂ ਆਪਦਾ ਆਨਸਰ ਦੱਸੋ ਤੇ ਜਿਹਦਾ ਵੀ ਆਨਸਰ ਕਮੈਂਟਾਂ ਦੇ ਵਿੱਚ ਸਹੀ ਹੋਊਗਾ ਆਪਣੀ ਇੰਸਟਾ ਆਈ ਡੀ ਜ਼ਰੂਰ ਮੈਨਸ਼ਨ ਕਰ ਦਿਓ, ਆਪਾਂ ਜ਼ਰੂਰ ਫੋਲੋ ਬੈਕ ਕਰਾਂਗੇ। ਮੇਰੇ ਕੋਲ ਆਉ ਦੇਖੀ ਕਿਉਂ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ, ਓਏ ਲਓ ਜੀ ਹਜੇ ਚੰਗੀ ਤਰ੍ਹਾਂ ਬੈਠੇ ਹੈ ਨੀ ਤੇ ਚੱਲੇ, ਇੱਦਾਂ ਯੂਨੀਫਾਰਮ 'ਚ ਇੱਥੋਂ ਚੱਲ ਪੈਣਾ ਸਕੂਲ, ਯੂਨੀਫਾਰਮ ਦਿੰਦਾ ਬਾਅਦ। ਟਾਈਜ਼ਨ ਮੇਰੀ ਫੇਵਰੇਟ ਚੀਜ਼ ਪਾਪੜ, ਅਤੇ ਹੁਣ ਆਪਾਂ ਖਾਵਾਂਗੇ ਪਾਪੜ। ਇਹ ਵੀਡੀਓ ਮੈਂ ਮਾਤਾ ਨੂੰ ਭੇਜੂ ਪਾਪੜ ਖਾਂਦੀ ਦੀ, ਹੁਣ ਤਾਂ ਆ ਗਈ ਵੀਡੀਓ 'ਚ ਆ ਗਈ, ਲੁਕਣ ਦਾ ਕੋਈ ਫਾਇਦਾ ਹੀ ਨਹੀਂ, ਬਣ ਗਈ ਵੀਡੀਓ। ਮਾਤਾ ਪਾਪੜ ਖਾਂਦੀ, ਇਹਨੂੰ ਬੰਦ ਕਰੇ ਆ। ਮੇਰੀਆਂ ਸ਼ਿਕਾਇਤਾਂ ਲਵਾਉਣੀ ਹੁੰਦੀ ਆ ਨਾ, ਮੇਰੀਆਂ ਸ਼ਿਕਾਇਤਾਂ ਲਵਾਉਣੀ ਹੁੰਦੀ ਹੈ। ਹੁਣ ਇਹ ਵੀਡੀਓ ਭੇਜੋ ਉਧਰਲੀ ਮੰਮੀ ਨੂੰ, ਪਾਪੜ ਖਾਂਦੀ ਦੀ ਵੱਢ ਦਿੰਦੀ ਜਿਵੇਂ ਲੱਗੀ ਹੋਈ ਸੀ। ਮੈਂ ਤਾਂ ਵੱਢੀ ਨਹੀਂ ਦਿੰਦੀ, ਵੇਖ ਲਾ ਸਾਰਾ ਉਵੇਂ ਪਿਆ। ਆ ਕੀ ਹੈ, ਕਿੱਥੇ ਇਹ ਤਾਂ ਐਵੇਂ ਟੁੱਟਿਆ ਹੋਇਆ ਸੀ ਕੱਲ। ਆ ਕੋਈ ਨਾ,
ਹੁਣ ਵੀ ਟੁੱਟਿਆ ਹੋਇਆ ਹੋਣਾ ਇਹ। ਸੋਣੀ ਲੱਗਦੀ ਮੈਂ। ਮੰਮੀ ਇਹਨੇ ਹੁਣੇ ਹੁਣੇ ਨਾ ਪਾਪੜ ਖਾਧਾ, ਇਹਨੂੰ ਬੰਦ ਕਰਿਆ ਡਾਕਟਰ ਨੇ। ਮੰਮਾ ਸੱਚੀ ਨਹੀਂ ਖਾਧਾ ਹੈਗਾ। ਮੇਰੇ ਕੋਲ ਵੀਡੀਓ ਪਈ ਆ ਮੰਮੀ। ਮੰਮੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ। ਮੰਮੀ ਨਹੀਂ ਕਹਿੰਦਾ ਨਾ। ਮੰਮੀ ਮੇਰੇ ਤੇ ਯਕੀਨ ਨਹੀਂ ਹੈਗਾ। ਹੈਗਾ ਮੰਮੀ ਕਿ ਨਹੀਂ? ਮੰਮੀ ਹੈਗਾ ਯਕੀਨ ਨਹੀਂ ਆ, ਨਹੀਂ ਸਹੀ ਦੱਸਣਾ। ਖਾਧਾ ਨਹੀਂ। ਖਾਧਾ ਹੈ ਮੰਮਾ, ਮੈਂ ਤੁਹਾਨੂੰ ਕੀ ਲੱਗਦਾ ਮੈਂ ਝੂਠ ਬੋਲੂੰ? ਤੈਨੂੰ ਗੁਬਾਰੇ ਲੈ ਤਾਂ ਦਮਾ, ਪਰ ਤੂੰ ਉੱਡ ਜਾਣਾ। ਬਾਪੂ ਟਾਈਮ ਨਾਲ ਹੀ ਠੇਕੇ ਤੇ ਸਹੁਰਾ ਸਾਹਿਬ ਨੇ ਤਾਂ ਮੈਨੂੰ ਲੱਗਦਾ ਮਹੀਨੇ ਦਾ ਕੋਟਾ ਹੀ ਚੱਕ ਲਿਆ, ਪੂਰੀ ਪੇਟੀ ਵੀ ਲਈ ਆਉਂਦੇ ਆ। ਹਾਂਜੀ ਕਿਆ ਬਾਤ ਹੈ, ਮੁੰਡਾ ਜੱਚ ਰਿਹਾ ਹੈ। ਪੂਜਾ ਦਾ ਮਾਹੌਲ। ਆ ਕੋਈ ਸਟੂਡੈਂਟ ਜਿਹੜਾ ਹੈਗਾ ਅੰਮ੍ਰਿਤਸਰ ਗਿਆ ਸੀਗਾ, ਤੇ ਉਹਨੇ ਤੇਰੇ ਵਾਸਤੇ ਆਹ ਭੇਜਿਆ। ਹੈਲੋ ਗਾਈਸ, ਅਸੀਂ ਰੈਡੀ ਹੋ ਗਏ ਆ। ਕਹਿੰਦੇ ਮੇਰਾ ਹੱਥ ਛੱਡੋ। ਫੋਟੋ ਸ਼ੂਟ ਚੱਲ ਰਿਹਾ, ਫੋਟੋ ਸ਼ੂਟ, ਫੋਟੋ ਸ਼ੂਟ। ਹਾਂਜੀ ਗਾਈਸ, ਇਹ ਸਾਡੀ ਭੂਆ। ਭੂਆ ਕੀ ਹਾਲ ਸਾ? ਹਰਿਆਣਵੀ ਬੋਲ ਕੇ ਵਿਖਾ ਦੇ ਡਰਾਈਵਰਾਂ ਨੂੰ। ਚੌਖੋ ਹੀ ਹਾਲ ਸਾ ਭਾਈ, ਇੱਕ ਇੱਚ ਖਿੱਚ ਦਿੰਦਾ ਮੈਂ। ਹੋ ਗਈ ਸੁਣੀ ਆਈ ਚਲੋ ਹੁਣ ਮੈਂ ਸਹੀ ਹੋ ਖਿੱਚੂੰਗਾ। ਡਨ ਬਾਈ, ਇਸ ਵਾਰ ਵਧੀਆ ਆਈ। ਗਾਈਸ ਕੋਈ ਧਰਮ ਮਾੜਾ ਨਹੀਂ ਹੁੰਦਾ, ਰੱਬ ਨੇ ਇੱਕ ਇਨਸਾਨ ਬਣਾਇਆ। ਸੋ ਕੁਛ ਵੀ ਨੈਗੇਟਿਵ ਨਾ ਸੋਚਿਆ ਜੋ, ਕਿਉਂਕਿ ਸਰਕਾਰਾਂ ਲੜਾਉਂਦੀਆਂ ਹੁੰਦੀਆਂ। ਸੋ ਆਪਾਂ ਉਹਨਾਂ ਦੇ ਕਹਿਣ 'ਤੇ ਨਹੀਂ ਚੱਲਣਾ। ਤੂੰ ਆਊਟ ਆਫ ਦਾ ਸਿਲੇਬਸ ਹੀ ਚੱਲਿਆ ਕਰ। ਲਓ ਮੇਰੇ ਵੀਰੋ, ਪਹੁੰਚ ਚੁੱਕੇ ਆ ਮੇਨ ਕਾਰਵਾਈ ਵਾਲੀ ਜਗ੍ਹਾ 'ਤੇ।
ਸੋ ਵੀਰੇ ਵਿਆਹ ਵਾਲੀ ਮੂਵੀ ਬਣਾ ਲਾ ਬਸ ਠੀਕ ਹੈ ਐਂ ਕਰਦੇ ਇੱਕ ਵਾਰੀ ਯੋ ਲਓ ਜੀ ਮੇਕਰੀ ਆਰਟਿਸਟ ਨਾਲ ਬੁਲਵਾਈਏ ਤੂੰ ਕੀ ਹਾਲ ਹੈ ਜੀ ਆਪਣਾ ਭਰਾ ਨੂੰ ਜੱਫੀ ਪਾਈਏ ਜਿਹਨੇ ਕੈਮਰੇ ਮੂਹਰੇ ਲੈ ਕੇ ਆਇਆ ਸਾਨੂੰ ਹਨਾ ਹੁਣ ਕਿਹਦੀ ਆਵਾਜ਼ ਸੁਣੀ ਦੱਸੋ ਤੁਸੀਂ ਜਿਹੜੇ ਮਰਜ਼ੀ ਆਰਟਿਸਟ ਦੀ ਸੁਣੋ ਕਾਰਟੂਨ ਨੈਟਵਰਕ ਕਾਰਟੂਨ ਦੀ ਕਾਰਟੂਨ ਮੋਟੂ ਦੀ ਆਵਾਜ਼ ਸੁਣੋ ਤੁਸੀਂ ਅਰੇ ਭਈਆ ਕਿਆ ਹੋ ਰਿਹਾ ਹੈ ਖਾਲੀ ਬੇਨ ਦਿਮਾਗ ਕੀ ਬੱਤੀ ਨਹੀਂ ਜਲਦੀ ਭੂਖ ਲੱਗੀ ਹੈ ਸਮੋਸੇ ਨਜ਼ਰ ਆ ਰਹੇ ਹੈ ਸਮੋਸੇ ਖਾਏਗੇ ਭੂਖ ਭਾਗ ਜਾਏਗੀ अरे मोटू हर वक्त समोसे समोसे करते रहते हैं कभी भाग भी लिया करो जॉन गॉन के पास जाओ समोसा खाना है तो फिर बर्गर फिर के पास आ जाओ समोसा मिल जाएगा गुलाब जामनी जिहड़ी हैगी आ इह चटनी नाल कौन खांदा हुंदा इह चटनी नाल कदों खान लग गए आपां तेरे पकौड़े बंद नहीं सीगे साग लगता पे ना हैगी हरी चटनी ऐ लगता जिम्मे पनीर आला साग हों टाइम बहुत हो चुके है ते सवा बारह हो गया रात दे सवा बारह हो गए होर इन्ने हैरान क्यों रहे हो पहली बार बजे सवा बारह जी वर्ल्ड दी सब तो लार्जेस्ट क्लॉक पंजाब च है जे किसी नु नहीं पता होवे ता मिलदे हां दूसरे व्लॉग दे विच अगले व्लॉग दे विच चल पिछे पिछे होया